ਸਭ ਤੋਂ ਜ਼ਿਆਦਾ ਅਫਸੋਸ ਵਾਲੀ ਗੱਲ ਪਤਾ ਕੀ ਆ, ਅਸੀਂ ਪਾਕਿਸਤਾਨ 'ਚ ਰਹਿੰਦੇ ਹਾਂ ਅਤੇ ਅੱਜ ਮਜ਼ਦੂਰ ਡੇ ਆ, ਅਤੇ ਮਜ਼ਦੂਰ ਡੇ ਦੇ ਨਾਮ 'ਤੇ ਲੋਕਾਂ ਨੇ ਛੁੱਟੀ ਕੀਤੀ ਆ। ਜਿਹੜੇ ਅਫਸਰ ਨੇ ਅਗਲੇ ਆਪਣੇ ਘਰਾਂ 'ਚ ਬੈਠੇ ਛੁੱਟੀ ਕਰਕੇ, ਅਤੇ ਜਿਹੜੇ ਵਿਚਾਰਿਆਂ ਦਾ ਦੇਣਾ ਉਹ ਆਹ ਡਿਊਟੀ 'ਤੇ ਲੱਗੇ ਉਹ ਕੰਮ ਕਰਨ ਦੇ, ਹੈਂ ਮਜ਼ਦੂਰ ਡੇ ਹੋਣ ਦੇ ਬਾਵਜੂਦ ਵੀ ਇਹ ਕੰਮ 'ਤੇ ਨੇ ਅਤੇ ਜਿਨ੍ਹਾਂ ਦਾ ਹੱਕ ਬਣਦਾ। ਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ ਆ, ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। ਵੈਲਕਮ ਹੋ ਗਿਆ ਇੱਕ ਵਾਰੀ ਫਿਰ ਤੁਹਾਡਾ ਇਸ ਵੀਡੀਓ 'ਚ। ਫਾਈਨਲੀ ਜੀ ਅੱਜ ਨਾ ਆਈ ਅਤੇ ਬੱਤੀ ਬੰਦ ਹੋਈ ਅਤੇ ਨਾ ਹੀ ਬਾਰਿਸ਼ ਆਈ, ਅਤੇ ਆਪਣੇ ਬੰਦੇ ਵੀ ਆ ਗਏ ਕੰਮ ਕਰਨ ਵਾਲੇ ਭਾਅ ਜੀ। ਅੱਜ ਉਮੀਦ ਬੜੀ ਅੱਲਾ ਦੇ ਘਰ 'ਚ, ਇਨਸ਼ਾਅੱਲਾ ਦੀਵਾਰ ਅੱਜ ਇੱਕ ਦਿਹਾੜੀ 'ਚ ਇਹਨਾਂ ਨੇ ਕਰ ਦੇਣੀ ਆ ਪੂਰੀ। ਮਸਾਲਾ ਮਸੂਲਾ ਬਣਾ ਲਿਆ ਮੁੰਡੇ ਨੇ, ਪਾਣੀ ਬਸ ਲਾਉਣ ਵਾਲਾ ਰਹਿ ਗਿਆ। ਆ ਫੱਟਾ ਇੱਕ ਲਾਇਆ ਇੱਥੋਂ ਚੜ੍ਹਾਈ ਚੜ੍ਹਨ ਲਈ, ਉਹ ਮਸਾਲਾ ਬਣਾ ਦਿੱਤਾ ਇਹਨਾਂ ਨੇ। ਔਰ ਤੋਂ ਬਾਅਦ ਮਸਾਲਾ ਬਣਨ ਤੋਂ ਬਾਅਦ ਉਹ ਬਸ ਫੱਟੇ ਲੈ ਕੇ ਆਉਣੇ ਆ ਇੱਧਰ ਕੰਧ ਦੇ ਨਾਲ, ਜਿਹੜੀਆਂ ਗੋਹਾਂ ਫੱਟੇ ਲਾ ਕੇ ਨਾ ਥੋੜ੍ਹਾ ਜਿਹਾ ਉੱਚਾ ਕਰਨਾ, ਅਤੇ ਇਨਸ਼ਾਅੱਲਾ ਉਮੀਦ ਤਾਂ ਬੜੀ ਅੱਜ ਆਪਣਾ ਦੀਵਾਰ ਦਾ ਕੰਮ ਹੋ ਜਾਣਾ। ਕੱਲ੍ਹ ਫੱਟਿਆਂ ਵਾਲਾ ਭਾਈ ਆਇਆ ਇੱਥੇ, ਕਹਿੰਦਾ ਯਾਰ ਮੇਰੇ ਫੱਟੇ ਪਏ ਨੇ ਇੱਥੇ ਆ ਸਾਹਮਣੇ ਘਰ ਦੇ ਵਿੱਚ, ਅਤੇ ਤੁਸੀਂ ਫੱਟੇ ਨਾ ਆਪਣਾ ਮੁੱਲ ਨਾ ਮੰਗਾਇਓ, ਆਪਣਾ ਕਿਰਾਏ 'ਤੇ ਨਾ ਮੰਗਾਇਓ। ਮੈਂ ਉਸਤਾਦ ਉਹਨਾਂ ਨੂੰ ਕਿਹਾ ਸੀ ਤੁਸੀਂ ਫੱਟੇ ਲੈ ਆਇਓ ਆਉਂਦੇ ਹੋਏ, ਅਤੇ ਉਹ ਉਸਤਾਦ ਉਹਨਾਂ ਨੇ ਮੁੜ ਕੇ ਸ਼ਾਮੀ ਮੇਰੇ ਕੋਲ ਫਿਰ ਫੋਨ ਚਲਾ ਗਿਆ ਕਿ ਉਸਤਾਦ ਜੀ ਨਾ ਲੈ ਕੇ ਆਇਓ, ਫੱਟੇ ਇੱਥੋਂ ਲਾਗੋ ਹੀ ਲੱਭ ਜਾਣੇ ਅਤੇ ਲਾਗੇ ਇਹਨਾਂ ਨੂੰ ਵਾਪਸ ਦੇ ਦੇਣੇ। ਹੁਣ ਗਏ ਉਹਨਾਂ ਨੂੰ ਕਿਹਾ ਭਾਈ ਫੱਟੇ ਦਿਓ, ਅਤੇ ਹੁਣ ਉਹਨਾਂ ਨੇ ਨਵੀਂ ਕਹਾਣੀ ਸੁਣਾਤੀ ਯਾਰ, ਉਹ ਮਿਲ ਟੋਨੋਂ ਆਉਣੇ ਆ ਅਤੇ ਰਸ਼ਕੇ, ਅਤੇ ਫਿਰ ਉਹ ਕਹਿ ਦਿੰਦੇ ਆ ਜਾਂਦੇ ਆ ਜਾਂ ਜਾ ਕੇ ਲੈ ਆਓ ਜੇ ਉਹ। ਮੈਂ ਕਿਹਾ ਹੁਣ ਤੁਸੀਂ ਮੰਗਾ ਕੇ ਦਿਓ, ਹੁਣ ਰਸ਼ਕਾ ਭੇਜੋ, ਉਹਨੂੰ ਕਿਰਾਇਆ ਦੇ ਦਾਂਗੇ, ਜ਼ਿਆਦਾ ਤੋਂ ਜ਼ਿਆਦਾ ਇਹ ਹੀ ਆ, ਹੁਣ ਦੇਖ ਜਾਵੇ ਸ਼ਾਮ ਨੂੰ ਲੈ ਕੇ ਜਾਏਗਾ, ਦੋਵਾਂ ਟਾਈਮ ਦਾ ਕਿਰਾਇਆ ਲਏਗਾ। ਚੰਗਾ ਭਲਾ ਸਾਹਿਬ ਉਹਨਾਂ ਨੇ ਲਿਆਉਣਾ ਸੀਗਾ, ਵਾਮ ਅਖੀਰ ਕਰ ਜਾਂਦੀ ਆ। ਮੈਂ ਨਾ ਹਿਸਾਬ ਲਾਇਆ, ਮੈਂ ਨਾ ਕੋਈ ਬਹੁਤ ਹੀ ਵੱਡਾ ਮਨਹੂਸ ਬੰਦਾ ਵਾਂ, ਮੈਂ ਪਾਣੀ ਪੀਣ ਵਾਲਾ ਉਹਨਾਂ ਵਾਸਤੇ ਘਰ ਲੈਣ ਆਇਆ ਵਾਂ, ਅਤੇ ਆਉਂਦਿਆਂ ਨੂੰ ਬੱਤੀ ਬੰਦ ਹੋ ਗਈ ਆ। ਹਜੇ ਉਹ ਇੱਟਾਂ ਨੂੰ ਅਤੇ ਆਪਣਾ ਦੀਵਾਰਾਂ ਨੂੰ ਪਾਣੀ ਪੂਣੀ ਲਾ ਕੇ ਹਟੇ ਸੀਗੇ, ਮਸਾਲੇ 'ਚ ਪਾਣੀ ਪਾਉਂਦੇ ਨੇ ਉਹ ਘਰ ਦੇ, ਕਹਿੰਦੇ ਕਿ ਮੋਟਰ ਭਰੀ ਆ ਹੁਣ ਚੱਲ ਜਾਏਗਾ ਕੰਮ, ਹੁਣ ਮਸਾਲਾ ਬਣ ਜਾਵੇ, ਇੱਕ ਵਾਰੀ ਇਹ ਨਾ ਹੋਵੇ ਹੁਣ ਜੇ ਮਸਾਲਾ ਰਹਿ ਗਿਆ ਤਾਂ ਕੰਮ ਫਿਰ ਰਾਹ 'ਚ ਰੁਕ ਜਾਣਾ। 9:30 ਹੋਏ ਆ, ਅਗਰ ਮਸਾਲਾ ਬਣ ਗਿਆ ਤਾਂ 12 ਇਹਨਾਂ ਨੇ ਵਜਾ ਦੇਣੇ, ਇੱਕ ਬੋਰੀ ਦਾ ਮਸਾਲਾ ਬਣਾਇਆ ਵਾ, 12 ਵਜੇ ਤੱਕ ਇਹਨਾਂ ਨੇ ਲੱਗੇ ਰਹਿਣਾ, ਉਦੋਂ ਤੱਕ ਬੱਤੀ ਆ ਜਾਣੀ, 12 ਵਜੇ ਨਾ ਵੀ ਆਈ 1 ਵਜੇ ਤੱਕ ਆ ਹੀ ਜਾਣੀ ਆ। ਬੜੀ ਕਿਸਮਤ ਪਾਈ ਆ, ਉਹ ਦੇਖਦੇ ਪਿੱਛੇ ਡੀਪੀ 'ਚ ਬੱਤੀ ਆ ਗਈ ਹੈ, ਦਿਲ 'ਚ ਮੈਂ 5-7 ਗਾਲਾਂ ਕੱਢੀਆਂ ਸੀ, ਮੈਂ ਕਿਹਾ ਬਹੁਤੀਆਂ ਨਹੀਂ ਹਜੇ, 5-7 ਹੀ ਰੱਖੋ, ਵਕਫੇ ਵਕਫੇ ਨਾਲ ਕੱਢਾਂਗੇ। 5-7 ਗਾਲਾਂ ਕੱਢੀਆਂ ਸੀ ਅਤੇ ਬੱਤੀ ਆ ਗਈ, ਮੈਂ ਤਾਂ ਬਾਲਟੀ ਲੈ ਕੇ ਚੱਲਾਂ ਸੀਗਾ ਕਿ ਚਲੋ ਉੱਥੇ ਪਾਣੀ ਜਮ੍ਹਾਂ ਕਰ ਲੈਂਦੇ ਹਾਂ ਥੋੜ੍ਹਾ ਜਿਹਾ। ਸ਼ੁਰੂਆਤ 'ਚ ਜੋ ਕੁਛ ਉਸਤਾਦ ਉਹਨਾਂ ਨੂੰ ਚਾਹੀਦਾ ਸੀ ਉਹ ਸਾਰਾ ਕੁਝ ਪ੍ਰੋਵਾਈਡ ਕਰਤਾ ਵਾ, ਪਾਣੀ ਆ ਗਿਆ ਵਾ, ਪਾਣੀ ਇੱਧਰ ਵੀ ਲਾ ਤਾ ਬਾਲਟੀ ਦੇ ਵਿੱਚ, ਪਾਣੀ ਜਮ੍ਹਾਂ ਕਰ ਲਿਆ ਵਾ, ਮਸਾਲਾ ਬਣ ਗਿਆ ਵਾ, ਕੰਧ ਦਾ ਕੰਮ ਇਹਨਾਂ ਨੇ ਹੁਣ ਕਰ ਦੇਣਾ ਵਾ ਸ਼ੁਰੂ। ਫੱਟੇ ਜਦੋਂ ਆਉਣਗੇ ਉਦੋਂ ਦੀ ਉਦੋਂ ਦੇਖੀ ਜਾਏਗੀ, ਫੱਟਿਆਂ ਤੱਕ ਅਜੇ ਗੱਲ ਨਹੀਂ ਪਹੁੰਚੀ ਹੈ, ਬਾਕੀ ਹੁਣ ਉਸਤਾਦ ਉਹਨਾਂ ਦਾ ਕੰਮ ਸ਼ੁਰੂ ਹੋ ਚੱਲਾ ਵਾ, ਤਾਂ ਮੈਂ ਜਾ ਕੇ ਨਾਸ਼ਤਾ ਕਰ ਆਵਾਂ ਕਰ ਆਵਾਂ। ਉਸਤਾਦ ਨਹੀਂ ਕਹਿੰਦੇ ਜੀ ਜਾ ਕੇ ਤੁਸੀਂ ਰੋਟੀ ਖਾਓ ਟਾਈਮ ਨਾਲ, ਕਿਸੇ ਨਾ ਕਿਸੇ ਵਜ੍ਹਾ ਤੋਂ ਰੋਜ਼ ਹੀ ਕੰਮ ਆਪਣਾ ਲੇਟ ਹੋ ਜਾਂਦਾ ਵਾ, ਅੱਜ ਫੱਟਿਆਂ ਦੀ ਵਿਆਹ ਤੋਂ ਲੇਟ ਹੋ ਗਿਆ, ਹੁਣ ਫੱਟਿਆਂ ਦਾ ਇੰਤਜ਼ਾਰ ਕਰਦੇ, ਫੱਟੇ ਆਉਣਗੇ ਅਤੇ ਕੰਮ ਅੱਗੇ ਤੁਰਨਾ। ਮੈਂ ਕਿਹਾ ਹੁਣ ਜੋਗਾ ਹੈ ਵਾ, 1-2 ਵਾਰ ਲੱਗ ਜਾਣੇ ਇੱਦਾਂ, ਬਾਕੀ ਫਿਰ ਫੱਟਿਆਂ ਦੇ ਨਾਲ ਹੀ ਹੋਣਾ, ਅਤੇ ਫੱਟੇ ਵਾਲਾ ਹੁਣ ਆਉਣ ਨਹੀਂ ਦਿਆ। ਨਾਸ਼ਤਾ ਕਰਕੇ ਆਇਆ, ਮੇਰੇ ਆਉਂਦਿਆਂ ਨੂੰ ਫੱਟੇ ਫੁੱਟੇ ਆ ਗਏ ਆ। ਉਸਤਾਦ ਹੁਣੀ ਕਹਿੰਦੇ ਕਿ ਅਸੀਂ ਅੱਜ ਟਾਰਗੇਟ ਬਣਾ ਲਿਆ ਵਾ ਕਿ ਅਸੀਂ ਰੈਸਟ ਨਹੀਂ ਕਰਨੀ ਹੈ, ਅਤੇ ਛੇਤੀ ਛੇਤੀ ਤੇਰੀ ਆ ਕੰਧ ਕਰਕੇ ਅਤੇ ਅਸੀਂ ਚੱਲ ਜਾਣਾ, ਜਿਹੜੀਆਂ ਅੰਦਰ ਇੱਟਾਂ ਪਈਆਂ ਹੋਣੇ ਨਾ ਤਕਰੀਬਨ 1200-1300 ਇੱਟ। ਉਸਤਾਦ ਹੁਣੀ ਕਹਿੰਦੇ ਇੱਟ ਅਸੀਂ ਲਾ ਦੇਣੀ ਆ ਅਤੇ ਤੇਰੀ ਕੰਧ ਹੋ ਜਾਣੀ ਆ, ਅੱਜ ਕੰਧ ਦਾ ਟਾਰਗੇਟ ਉਹਨਾਂ ਨੇ ਬਣਾ ਲਿਆ, ਰੈਸਟ ਨਹੀਂ ਕਰਨੀ ਕੰਧ ਕਰਕੇ, ਅਤੇ ਸਮਝ ਲਓ ਇਹਨਾਂ ਨੇ ਨਿਕਲ ਜਾਣਾ। ਕੰਮ ਸ਼ੁਰੂ ਕਰਤਾ ਵਾ, ਅੱਧਾ ਹੋ ਗਿਆ ਤਕਰੀਬਨ, 2 ਵਾਰ ਹੋ ਗਏ ਅੱਧੀ ਕੰਧ 'ਤੇ, ਟੋਟਲ 10 ਕੁ ਵਾਰ ਲੱਗਣੇ ਆ ਜਿਹੜੀ ਅੰਦਰ ਇੱਟ ਪਈ ਇਹਦੇ ਨਾਲ। ਮੰਜੀ ਜਾ ਕੇ ਮੈਂ ਚੁੱਕ ਲਿਆਇਆ ਆਪ ਹੀ, ਭਾਈ ਦੁਪਹਿਰ ਵੀ ਆ ਗਏ ਆ, ਮੈਂ ਕਿਹਾ ਬਹਿੰਦੇ ਹਾਂ ਮੰਜੀ 'ਤੇ, ਸਾਨੂੰ ਕਿਹੜਾ ਕੋਈ ਸਜ਼ਾ ਮਿਲੀ ਆ। ਕੰਧ 1-2-3-4-5-5 ਵਾਰ ਸਾਧ ਹੁਣੀ ਲਾਉਂਦੇ ਆ, ਟੋਟਲ 10 ਲੱਗਣੇ ਨੇ, ਅਤੇ ਉਹ ਅੱਧੀ ਤੋਂ ਜ਼ਿਆਦਾ ਕੰਧ ਇਸ ਸਾਈਡ ਤੋਂ ਹੋ ਗਿਆ, ਮੁੜ ਕੇ ਉੱਧਰੋਂ ਵਿੱਚੋਂ ਹੀ ਛੱਡਿਆ ਵਾ, ਮੁੜ ਕੇ ਉਸ ਸਾਈਡ ਤੋਂ ਕਰ ਲੈਣਗੇ। ਇੱਦਾਂ ਹੀ ਉਸਤਾਦ ਜੀ, 2 ਹਿੱਸਿਆਂ 'ਚ ਕਰਕੇ ਕੰਮ ਉਸਤਾਦ ਹੁਣਾਂ ਨੇ ਮੁਕਾ ਦੇਣਾ, 2-3 ਵਜੇ ਤੱਕ, 11 ਵਜੇ ਵਾਲੇ।
ਲਓ ਜੀ ਹੁਣ ਤੱਕ ਦੀ ਤਾਜ਼ਾ ਅਪਡੇਟ ਚੁੱਕੋ, 7 ਵਾਰ ਲੱਗ ਚੁੱਕੇ ਆ, 8ਵਾਂ ਉਸਤਾਦ ਹੁਣੀ ਲਾਉਣ ਦੇ ਆ। ਉਸਤਾਦ ਕਹਿੰਦਾ ਬੜਾ ਔਖਾ ਲੱਗਣ ਦਿਆ, ਫੱਟੇ ਫੁੱਟੇ ਦੇ ਅੰਦਰ ਹਲੇ ਪਰ ਅਜੇ ਲਾਏ ਨਹੀਂ ਆਏ। ਮਸਾਲਾ ਰਹਿ ਗਿਆ ਪਿੱਛੇ 2 ਦਾਵੜਿਆਂ ਦਾ, ਨਵਾਂ ਮਸਾਲਾ ਉਸਤਾਦ ਬਣਾਉਣ ਲੱਗਾ ਵਾ, ਅਤੇ ਰੈਸਟ ਕਰਨ ਦਾ ਇਹਨਾਂ ਦਾ ਜ਼ਿਹਨ ਕੋਈ ਨਹੀਂ ਗਾ, ਕਹਿੰਦੇ ਰੈਸਟ ਨਹੀਂ ਅਸੀਂ ਕਰਨੀ, ਅੱਜ ਅਸੀਂ ਕੰਮ ਮੁਕਾ ਕੇ ਅਤੇ ਟਾਈਮ ਨਾਲ ਨਿਕਲ ਜਾਣਾ। ਚੰਗੇ ਭਲੇ ਉੱਥੇ ਛਾਂ 'ਚ ਬੈਠੇ ਸੀਗੇ, ਉੱਥੇ ਆ ਗਈ ਆ ਧੁੱਪ, ਉੱਥੋਂ ਮੰਜੀ ਚੁੱਕੀ ਆ, ਉੱਥੋਂ ਚੁੱਕ ਕੇ ਇੱਥੇ ਲੈ ਆਏ ਹਾਂ, ਅਤੇ ਅੱਲਾ ਦੀ ਮਿਹਰਬਾਨੀ ਨਾਲ ਉਸਤਾਦ ਹੁਣੀ ਮਸਾਲਾ ਬਣਾਉਣ ਦੇ ਨਵਾਂ, ਅਤੇ ਬੱਤੀ ਫਿਰ ਬੰਦ ਹੋ ਗਈ, ਬੱਤੀ ਆ ਚੰਗਾ ਤੰਗ ਕਰਨ ਦੀ, ਉਹ ਤਾਂ ਸ਼ੁਕਰ ਆ ਡਰੰਮੀ ਭਰੀ ਜਾਣ ਦੇ ਨਾਲ ਨਾਲ ਬੰਦ ਨਹੀਂ ਕਰਨ ਦੇ, ਤਾਂ ਕਿ ਇਹਨਾਂ ਦਾ ਹੱਥ ਨਾ ਰੁਕੇ। ਇੱਟਾਂ ਨੂੰ ਪਾਣੀ ਚੰਗੀ ਤਰ੍ਹਾਂ ਲਾ ਦਿੱਤਾ ਸੀਗਾ, ਫਿਰ ਪਹਿਲੇ ਸੁਬਾਹ ਲਾਇਆ ਸੀਗਾ, ਹੁਣ ਫਿਰ ਉਹਨਾਂ ਨੇ ਨਾਲ ਨਾਲ ਇੱਕ ਵਾਰੀ ਫਿਰ ਲਾ ਦਿੱਤਾ ਕਿ ਤਾਂ ਕਿ ਇੱਟਾਂ ਵੀ ਤਾਰ ਰਹਿਣ। ਲਓ ਜੀ ਗੱਲ ਇੱਦਾਂ ਵਾ ਕਿ ਤਾਜ਼ਾ ਅਪਡੇਟ ਦੇ ਮੁਤਾਬਕ ਮੂੰਹ ਹੱਥ ਹੋ ਗਿਆ ਵਾ, ਘਰੋਂ ਉਸਤਾਦ ਹੁਣਾਂ ਨੇ ਫੱਟੇ ਲਾ ਲਏ, ਇੱਟਾਂ ਫੱਟੇ ਉੱਤੇ ਰੱਖਣ ਦੇ ਨੇ, ਉਹ ਕੰਧ ਦੇ 1 2 3 4 5 6 7 8 8 ਵਾਰ ਹੋ ਗਏ ਆ ਟੋਟਲ, ਇੱਥੇ ਤੱਕ ਲਾਈਏ ਨਾ ਇੱਥੇ ਤੱਕ, ਅਤੇ 11 ਵਾਰ ਬਣਦੇ ਨੇ, ਪਰ ਮੈਨੂੰ ਲੱਗਦਾ ਇੱਟ ਆਪਣੀ ਮੁੜ ਕੇ ਆਉਣੀ ਆ। ਮੈਂ ਉਸਤਾਦ ਹੁਣੀ ਕਹਿੰਦੇ ਕਿ ਪਹਿਲੇ ਜਿਹੜਾ ਅੱਗੇ ਵਾਲੀ ਦੀਵਾਰ ਨਾ ਆਹ ਦੀਵਾਰ ਦੇ ਵਾਰ ਲਾ ਲਈਏ, ਜੇ ਵੱਧ ਗਈ ਤਾਂ ਫਿਰ ਉੱਤੇ ਲਾ ਦਾਂਗੇ, ਨਹੀਂ ਤਾਂ ਫਿਰ ਅੱਲਾ ਅੱਲਾ ਦੇ ਖੈਰੀ ਸੱਲਾ। ਲਓ ਜੀ ਹੁਣ ਤੱਕ ਦੀ ਤਾਜ਼ਾ ਅਪਡੇਟ ਇਹ ਆ ਕਿ ਟਾਈਮ ਹੋ ਗਿਆ ਵਾ 2 ਦਾ, ਪਾਣੀ ਲੈ ਕੇ ਆਇਆ ਵਾ ਠੰਡਾ, ਅਤੇ ਅੱਗੋਂ ਤੁਹਾਨੂੰ ਮੈਂ ਦਿਖਾਉਂਦਾ, ਇੱਕ ਮਿੰਟ ਰੁਕੋ ਜ਼ਰਾ, ਕੈਮਰਾ ਪਿੱਛੇ ਕਰਨਾ ਪੈਣਾ ਨਾ। ਆਪਣਾ ਉਸਤਾਦ ਉਹਨਾਂ ਨੇ ਦੂਸਰੀ ਸਾਈਡ ਤੋਂ ਵੀ ਇੰਨੀ ਕੰਧ ਬਣਾ ਛੱਡੀ ਆ, 1 2 3 ਉਹ 3 ਮਤਲਬ ਕਿ ਇਹ ਆਹ ਇੱਕ ਵਾਰ ਲਾ ਰਿਹਾ, ਇਸ ਤੋਂ ਬਾਅਦ 2 ਵਾਰ ਹੋਰ ਲੱਗਣੇ ਆ, ਅਤੇ ਉਸ ਕੰਧ ਦੇ ਬਰਾਬਰ ਹੋ ਜਾਣਾ, ਇਹਦੇ ਨਾਲ ਨਾਲ ਇੱਧਰ ਵਾਲਾ ਛੇੜ ਲਿਆ, ਮਤਲਬ ਕਿ ਆਹ ਨਾਲ ਨਾਲ ਹੀ ਹੁਣ ਵਾਰ ਲੱਗੀ ਜਾਣਗੇ। ਅੱਲਾ ਖੈਰ ਕਰੇ, 2 ਵੱਜ ਗਏ ਆ, 4 ਵਜੇ ਤੱਕ ਉਸਤਾਦ ਜੀ ਹੋ ਜਾਣਾ ਨਾ ਤੁਸੀਂ ਵੇਲੇ, 3:30-4 ਵਜੇ ਤੱਕ ਕਹਿੰਦੇ ਅਸੀਂ ਇਨਸ਼ਾਅੱਲਾ ਫਾਰਗ ਹੋ ਜਾਣਾ। ਇੱਟ ਰਹਿ ਗਈ ਥੋੜ੍ਹੀ, ਬਸ ਆਹ ਰਹਿ ਗਈ ਆ, ਅਤੇ ਉਹ ਪਰੇ ਅੰਦਰ ਪਈ ਆ। ਸਭ ਤੋਂ ਜ਼ਿਆਦਾ ਅਫਸੋਸ ਵਾਲੀ ਗੱਲ ਪਤਾ ਕੀ ਆ, ਅਸੀਂ ਪਾਕਿਸਤਾਨ 'ਚ ਰਹਿੰਦੇ ਹਾਂ, ਅਤੇ ਅੱਜ ਮਜ਼ਦੂਰ ਡੇ ਆ, ਅਤੇ ਮਜ਼ਦੂਰ ਡੇ ਦੇ ਨਾਮ 'ਤੇ ਲੋਕਾਂ ਨੇ ਛੁੱਟੀ ਕੀਤੀ ਆ, ਜਿਹੜੇ ਅਫਸਰ ਨੇ ਅਗਲੇ ਆਪਣੇ ਘਰਾਂ 'ਚ ਬੈਠੇ ਛੁੱਟੀ ਕਰਕੇ, ਅਤੇ ਜਿਹੜੇ ਵਿਚਾਰਿਆਂ ਦਾ ਦੇਣਾ ਉਹ ਆਹ ਡਿਊਟੀ 'ਤੇ ਲੱਗੇ ਉਹ ਕੰਮ ਕਰਨ ਦੇ, ਹੈਂ ਮਜ਼ਦੂਰ ਡੇ ਹੋਣ ਦੇ ਬਾਵਜੂਦ ਵੀ ਇਹ ਕੰਮ 'ਤੇ ਨੇ, ਅਤੇ ਜਿਨ੍ਹਾਂ ਦਾ ਹੱਕ ਬਣਦਾ ਉਹ ਕੰਮ 'ਤੇ ਆ, ਜਿਨ੍ਹਾਂ ਦਾ ਹੱਕ ਨਹੀਂ ਆ ਉਹ ਆਪਣੇ ਘਰਾਂ 'ਚ ਸੁੱਤੇ ਆਰਾਮ ਨਾਲ ਛੁੱਟੀ ਕਰਕੇ ਬੈਠੇ ਆ। ਤੁਸੀਂ ਇੱਕ ਗੱਲ ਕਦੀ ਨੋਟ ਕੀਤੀ ਕਿ ਕਿੰਨੇ ਅਫਸੋਸ ਦੀ ਗੱਲ ਆ, ਅਸੀਂ ਪਾਕਿਸਤਾਨ 'ਚ ਰਹਿੰਦੇ ਹਾਂ, ਅਤੇ ਪਾਕਿਸਤਾਨ 'ਚ ਅੱਜ ਲੇਬਰ ਡੇ, ਅਤੇ ਲੇਬਰ ਵਿਚਾਰੀ ਆਹ ਕੰਮ ਕਰਨ ਦੀ, ਲੇਬਰ ਕਹਿੰਦੀ ਹੈ ਕਿ ਭਾਈ ਕਰਨਾ ਵਾ ਅਤੇ ਘਰ ਜਾ ਕੇ ਖਾਣਾ ਵਾ, ਨਹੀਂ ਤਾਂ ਜਿੱਦਾਂ ਦੇ ਹਾਲਾਤ ਆ ਨਾ ਸ਼ਾਮ ਨੂੰ ਚੁੱਲ੍ਹਾ ਨਹੀਂ ਬਲਣਾ ਜਾ ਕੇ। ਉਹ ਕਹਿੰਦਾ ਪਾਕਿਸਤਾਨ ਦੇ ਕਹਿੰਦੇ ਜੀ ਭਾਅ ਜੀ ਇਹ ਪਾਕਿਸਤਾਨ ਹੈ ਤਾਂ ਠੇਕੇਦਾਰ ਦਿਹਾੜੀ ਨਹੀਂ ਦਿੰਦੇ ਛੁੱਟੀ ਕਰ ਲਈ, ਬਲਕਿ ਜਿਹੜੀ ਲਾਈ ਹੁੰਦੀ ਉਹਨਾਂ ਦੀ ਸਲਾਹ ਹੁੰਦੀ ਕਿ ਇਹ ਵੀ ਸਾਨੂੰ ਨਾ ਹੀ ਦੇਣੀ ਪਵੇ, ਆਪਣੀ ਦਿਹਾੜੀ ਦੇ ਬਾਰੇ ਹੀ ਸੋਚਦੇ ਆ ਬਸ। ਰਿਸ਼ਤੇਦਾਰ ਮੇਰੇ ਕੋ ਸੜਦੇ ਹਨ, ਤੁਹਾਡੀ ਕਬਰ 'ਤੇ ਲੁੱਡੇ, ਇਹ ਡਾਇਲੋਗ ਕਿੱਥੋਂ ਸੁਣਿਆ? ਤੁਸੀਂ ਦੱਸੋ ਸਹੀ, ਵੀਡੀਓ ਬਣਾਉਂਦਾ ਕਦੀ ਦੱਸ ਕੇ ਵੀ ਵੀਡੀਓ ਬਣਾਈ ਦੀ, ਡਾਇਲੋਗ ਕੀ ਮਾਰ ਆ, ਜਿਹੜੇ ਰਿਸ਼ਤੇਦਾਰ ਮੇਰੇ ਕੋਲ ਸਰਦੇ ਹਨ ਉਹਨਾਂ ਦੀ ਕਬਰ 'ਤੇ ਲੁੱਡੋ ਖੇਲਣਾ, ਅਤੇ ਅੱਗੋਂ ਉਹੀ ਉਹੀ ਕੀ ਸੀ ਹੈ? ਟੀਕਾ ਲਾਇਆ ਰਿਸ਼ਤੇਦਾਰਾਂ ਨੂੰ, ਟੀਕਾ ਰਿਸ਼ਤੇਦਾਰਾਂ ਨੂੰ। ਹੁਣ ਤੱਕ ਦੀ ਤਾਜ਼ਾ ਅਪਡੇਟ ਇਹ ਆ ਕਿ 2:40 ਹੋਏ ਆ, ਉਸਤਾਦ ਉਹਨਾਂ ਨੇ ਆ ਬਾਰ ਬਰਾਬਰ ਕਰ ਛੱਡੇ ਨੇ, ਸਾਰੇ ਹੀ ਇੱਕ ਬਰਾਬਰ ਹੋ ਗਏ। ਹੁਣ ਉਸਤਾਦ ਕਹਿੰਦੇ ਆ ਕਿ ਆ 2 ਜਾਂ 3 ਵਾਰਾਂ ਦੀਆਂ ਇੱਟਾਂ ਨੇ, ਅਤੇ ਇਹਦੇ ਉੱਤੇ ਹੀ ਅੱਧ ਤੱਕ ਲਵਾ ਲਿਆ ਇੱਥੇ ਤੱਕ, ਅਤੇ ਅੱਗੋਂ ਛੱਡ ਦੇ। ਮੈਂ ਕਿਹਾ ਚਲੋ ਇੱਦਾਂ ਕਰ ਲਓ, ਇੱਥੇ ਤੱਕ ਕਰ ਦਿਉ ਨਾ ਬੰਦ, ਮੁੜ ਕੇ ਉਹ ਅੱਗੋਂ ਰਸਤਾ ਕੱਢਿਆ, ਇਹ ਬੰਦ ਕਰ ਦਿਉ। ਉਹ ਅੱਗੇ ਥੋੜ੍ਹੀ ਜਿਹੀ ਜਗ੍ਹਾ ਵਾ, ਉੱਥੇ ਉਸਤਾਦ ਦੇ 2 ਵਾਰ ਲੱਗਣੇ, ਉਹਨੂੰ ਮੈਂ ਕਿਹਾ ਅਗਰ ਇੱਟ ਬਣ ਗਈ ਨਾ ਬਚ ਗਈ, ਅਤੇ ਇੱਥੋਂ ਉਹ ਦੜਾ ਇੱਟ ਲਾ ਦੇਣਾ, ਅਤੇ ਉਹ ਬੰਦ ਕਰ ਦੇਣਾ ਇੱਥੋਂ। ਹੁਣ ਆਹ ਬੰਦ ਕਰਾ ਲੈਂਦੇ ਹਾਂ, ਅੱਗੋਂ ਆਹ 3 ਵਾਰ ਲੱਗਣੇ ਨੇ,
ਇੱਥੇ ਤੱਕ ਉਹ ਤਿੰਨ ਕੁ ਵਾਰ ਲਵਾ ਲੈਂਦੇ ਹਾਂ, ਮੁੜ ਕੇ ਫਿਰ ਇੱਟ ਮੁੱਕ ਜਾਣੀ ਆ ਕਿਉਂਕਿ ਇੱਧਰ ਅਵਲ ਹੀ ਲਵਾਉਣੀ ਆ ਅਤੇ ਅਵਲ ਮੁੱਕ ਗਈ ਆ। ਖਿੰਗਰ ਆ, ਖਿੰਗਰ ਵੀ ਬਲਕਿ ਰੋੜੇ ਵਾਲੀ ਆ, ਉਹਦੀ ਰੋੜੀ ਬਣ ਜਾਣੀ ਆ ਅਤੇ ਇੱਥੇ ਤੱਕ ਕਰਾ ਕੇ ਅਤੇ ਫਿਰ ਆਪਾਂ ਬੱਸ ਕਰਾ ਦੇਣੀ ਆ। ਲਓ ਜੀ, ਦੀਵਾਰ ਦਾ ਕੰਮ ਗਿਆ ਮੁੱਕ, ਉਹ ਪਿੱਛੇ ਨਾਲੋਂ ਅੱਗੇ ਤਕਰੀਬਨ ਦੋ ਕੁ ਤਿੰਨ ਵਾਰ ਉੱਚੇ ਆ ਪਿੱਛੇ ਨਾਲੋਂ ਅੱਗੇ। ਉਹਦੀ ਵਜ੍ਹਾ ਇਹ ਆ ਕਿ ਉਸਤਾਦ ਹੁਣੇ ਕਹਿੰਦੇ ਕਿ ਇੱਥੋਂ ਬੰਦ ਕਰ ਦਿੰਦੇ ਹਾਂ। ਉਸਤਾਦ ਜੀ ਲੱਗ ਨਹੀਂ ਜਾਣਾ ਵਾਰ ਇੱਕ ਹੋਰ ਕਿਹੜਾ ਪਈ ਆ ਇੱਟ ਮਸਾਲਾ ਥੋੜ੍ਹਾ। ਅੱਛਾ ਕੀ ਕਰਨਾ ਹੁਣ, ਇਹ ਹੁਣ ਆਹ ਬੰਦ ਕਰੋਗੇ ਔਰ ਤੋਂ ਬਾਅਦ? ਚਲੋ ਠੀਕ ਹੋ ਗਿਆ। ਉਸਤਾਦ ਹੁਣੀ ਕਹਿੰਦੇ ਇਹਦੇ ਉੱਤੇ ਸੀਮਿੰਟ ਪਾ ਕੇ ਅਤੇ ਜਿੱਦਾਂ ਕੀ ਇਹਨੂੰ ਕਹਿੰਦੇ ਆ ਗਰਾਊਂਡ ਕਰ ਦੇਣ ਲੱਗੇ ਨੇ, ਤਾਂ ਕਿ ਜਦੋਂ ਕੋਈ ਇੱਧਰੋਂ ਟੱਪੇ ਟੁੱਪੇ ਇੱਧਰ ਨੂੰ ਗਰਾਊਂਡ ਵਾਲੇ ਪਾਸੇ ਅਤੇ ਉਹ ਇੱਟ ਨਹੀਂ ਨਿਕਲੇਗੀ। ਉੱਦਾਂ ਤਾਂ ਇੱਥੋਂ ਬੰਦ ਕਰਾ ਦੇਣਾ ਵਾ ਅਤੇ ਰਸਤਾ ਇਹ ਹੀ ਆ ਟੱਪਣ ਲਈ, ਬਾਕੀ ਤਾਂ ਫਿਰ ਉੱਚਾ ਹੀ ਬੜਾ ਹੋ ਜਾਂਦਾ। ਆਹ ਹੁਣ ਤੁਸੀਂ ਖੁਦ ਹਿਸਾਬ ਲਾ ਲਓ ਕਿ ਆਹ ਦੀਵਾਰ ਆ ਉਹ ਕਿੱਥੇ ਤੱਕ ਥੱਲੇ ਆ, ਹੁਣ ਜਿਹੜਾ ਟੱਪੇਗਾ ਫਿਰ ਆਪਣੀ ਲੱਤ ਹੀ ਬਣਾਏਗਾ ਆ ਜਾ ਕੇ, ਇਹ ਕੁਛ ਹੀ ਆ ਫਿਰ। ਫਾਈਨਲੀ ਜੀ ਏ ਟੂ ਜ਼ੀ ਸਾਰਾ ਕੰਮ ਮੁੱਕ ਗਿਆ ਵਾ, ਭਾਂਡੇ ਭੁੰਡੇ ਧੋਣ ਲੱਗ ਪਏ ਆ ਉਸਤਾਦ ਹੁਣੀ ਆਪਣੇ। ਇੱਧਰ ਆ ਦੀਵਾਰ ਦਾ ਥੋੜ੍ਹਾ ਜਿਹਾ ਅਕਸਰ ਰਹਿੰਦਾ ਸੀਗਾ, ਮੈਂ ਕਿਹਾ ਉਸਤਾਦ ਹੁਣੀ ਇਹ ਵੀ ਤਿੰਨ ਵਾਰ ਲਾ ਦੇਣਾ। ਬਾਕੀ ਜੀ ਆਹ ਇੰਨਾ ਕੰਮ ਹੋ ਗਿਆ ਵਾ, ਬਾਕੀ ਹੁਣ ਅੱਲਾ ਖੈਰ ਕਰੇ, ਮੇਰੇ ਹਿਸਾਬ ਨਾਲ ਤਾਂ ਇੰਨਾ ਹੀ ਬਹੁਤ ਆ, ਹੁਣ ਅੱਗੋਂ ਦੋ ਤਿੰਨ ਮਹੀਨੇ ਤਾਂ ਲੰਘ ਜਾਣੇ ਆ, ਇੱਦਾਂ ਹੀ ਅੱਲਾ ਖੈਰ ਕਰੇਗਾ ਫਿਰ ਜਦੋਂ ਸ਼ੁਰੂ ਕਰਾਵਾਂਗੇ। ਪਰ ਹੁਣ ਮੇਰੇ ਪਿਓ ਦੀ ਤੋਬਾ, ਗਾਂਹ ਮੈਂ ਠੇਕੇ 'ਤੇ ਕੰਮ ਕਰਾਵਾਂਗਾ ਤਾਂ ਕਿ ਉਸਤਾਦ ਉਹਨਾਂ ਨੂੰ ਪਤਾ ਹੋਵੇ ਜਾਣਾ ਵਾ ਠਾਹ ਫਾਹ ਕਰਨੀ ਅਤੇ ਵਾਪਸ। ਬਾਕੀ ਅੱਜ ਉਸਤਾਦ ਹੁਣੀ ਕਹਿੰਦੇ ਸੀ, ਪਹਿਲੇ ਕਹਿੰਦੇ ਸੀ ਕੰਮ ਮੁੱਕ ਜਾਣਾ 2 ਵਜੇ, ਫਿਰ ਕਹਿੰਦੇ ਸੀ 3 ਵਜੇ ਮੁੱਕਣਾ, ਫਿਰ ਕਹਿੰਦੇ ਚਲੋ 3:30 ਵਜੇ ਤੱਕ ਵਿਹਲੇ ਹੋ ਜਾਣਾ, ਪਰ ਘਰ ਕਰਾ ਕੇ ਅੱਜ ਵੀ 5 ਵਜ ਗਏ ਆ। 5 ਵਜ ਗਏ ਆ, ਟਾਈਮ ਵੀ ਮੁੱਕ ਗਿਆ ਇਹਨਾਂ ਦਾ ਅਤੇ ਮਸਾਲਾ ਵੀ ਮੁੱਕ ਗਿਆ, ਹੁਣ ਉਸਤਾਦ ਹੁਣੀ ਚੱਲ ਜਾਣਾ। ਫਾਈਨਲੀ ਜੀ ਦੀਵਾਰ ਦਾ ਕੰਮ ਗਿਆ ਮੁੱਕ, ਅੱਜ ਵਾਸਤੇ ਬਸ ਇੰਨਾ ਹੀ, ਮੈਨੂੰ ਦਿਓ ਇਜਾਜ਼ਤ, ਆਪਣਾ ਬਹੁਤ ਸਾਰਾ ਖਿਆਲ ਰੱਖਿਓ। ਜੇ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਕਮੈਂਟ ਕਰਕੇ ਸ਼ੇਅਰ ਕਰ ਦੇਣਾ, ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਵਾ। ਆਪਣਾ ਢੇਰ ਸਾਰਾ ਖਿਆਲ ਰੱਖਿਓ, ਅੱਲਾ ਹਾਫਿਜ਼।